ਦਾ YouTube ਚੈਨਲ ਐਗਰੀ 786 ਨਾਜ਼ਰੀਨ ਅੱਜ ਅਸੀਂ ਇਸ ਵੀਡੀਓ ਦਾ ਟੌਪਿਕ ਜਿਹੜਾ ਰੱਖਿਆ ਹੈ ਉਹ ਹੈ ਗੈਰ ਨਾਮਯਾਤੀ ਮਾਦੇ ਦੀ ਕਮੀ ਦੀ ਵਜੂਹਾਂ ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਪੂਰਾ ਕਰ ਸਕਦੇ ਹਾਂ ਤੋਂ ਨਾਜ਼ਰੀਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ तमाम ਦੋਸਤਾਂ ਨੂੰ ਕਹਾਂਗਾ ਕਿ ਸਾਡੀ ਵੀਡੀਓ ਨੂੰ ਪੂਰਾ ਵਾਚ ਕੀਤਾ ਕਰੋ ਔਰ ਅਗਰ ਵੀਡੀਓ ਅੱਛੀ ਲੱਗੇ ਤੇ ਨੂੰ ਲਾਈਕ ਸ਼ੇਅਰ ਲਾਜ਼ਮੀ ਕੀਤਾ ਕਰੋ ਅਗਰ ਤੁਹਾਡਾ ਕੋਈ ਵੀ ਕਿਸੇ ਕਿਸਮ ਦਾ ਸਵਾਲ ਹੋਵੇ ਤੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਲਾਜ਼ਮੀ ਸ਼ੇਅਰ ਕੀਤਾ ਕਰੋ ਜਿਹੜੇ ਦੋਸਤ ਸਾਡੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। તો ਆਏ ਨਾਜ਼ਰੀਨ ਅਸੀਂ ਵੀਡੀਓ ਸ਼ੁਰੂ ਕਰਨੇ ਆ। ਨਾਮਯਾਤੀ ਮਾਦੇ ਦੀ ਕਮੀ ਕੀ ਵਜੂਹਾਤ ਕੀ ਨੇ? ਕਿਸ ਵਜ੍ਹਾ ਤੋਂ ਨਾਮਯਾਤੀ ਮਾਦੇ ਦੀ ਕਮੀ ਹੁੰਦੀ ਹੈ? ਕਿਉਂ ਅਸੀਂ ਗੰਧਮ ਲਗਾਣੇ ਆ, ਮੱਕਈ ਦਾ ਫਸਲ ਲਗਾਣੇ ਆ, ਕਮਾਨ ਦਾ ਲਗਾਣੇ ਆ, ਇਸ ਤੋਂ ਇਲਾਵਾ ਮੁੰਜੀ ਦਾ ਯਾਨੀ ਧਾਨ ਦਾ ਫਸਲ ਲਗਾਣੇ ਆ, ਸੂਰਜਮੁਖੀ, ਜਵਾਰ ਸਾਰੀਆਂ ਫਸਲਾਂ ਤਕਰੀਬਨ ਜਿਹੜੀਆਂ ਲਗਾਉਣੀਆਂ ਉਹਦੇ ਵਿੱਚ ਕਦੀ ਅਸੀਂ ਇਹ ਨਹੀਂ ਨੋਟ ਕੀਤਾ ਕਿ ਆਇਆ ਕਿ ਇਥੇ ਨਾਮਯਾਤੀ ਮਾਦੇ ਦੀ ਕਮੀ ਕਿਉਂ ਹੋ ਰਹੀ ਹੈ ਹਰ ਦਫਾ ਇਹੋ ਹੀ ਕਿਹਾ ਜਾਂਦਾ ਹੈ ਕਿ ਇਹ ਨਾਮਯਾਤੀ ਮਾਦੇ ਦੀ ਕਮੀ ਦੀ وجہ ਤੋਂ ਫਸਲ ਦਾ ਜਿਹੜਾ ਤੋਰਾ ਹੈ ਫਸਲ ਦੀ ਜਿਹੜੀ ਗ੍ਰੋਥ ਹੈ ਉਹ ਜ਼ਿਆਦਾ ਬਿਹਤਰ ਨਹੀਂ ਹੋ ਰਹੀ ਤੇ ਉਹਦਾ ਆਲਟਰਨੇਟ ਸੋਚਿਆ ਜਾਂਦਾ ਹੈ ਤੇ ਉਹ ਲਗਾ ਦਿੱਤਾ ਜਾਂਦਾ ਹੈ ਲੇਕਿਨ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਇਹ ਹੁੰਦੀ ਕਮੀ ਕਿਉਂ ਹੈ ਅਗਰ ਇਹਦੇ ਤੇ ਥੋੜਾ ਜਿਹਾ ਗੌਰ ਕਰ ਲਿਆ ਜਾਵੇ ਤੇ ਇਨਸ਼ਾਅੱਲਾ ਸਾਡੀ ਨਾਮਯਾਤੀ ਮਾਦੇ ਦੀ ਕਮੀ ਜਿਹੜੀ ਹੈ ਨਾ ਉਹ ਜ਼ਮੀਨ ਦੇ ਅੰਦਰ ਨਹੀਂ ਰਹੇਗੀ ਨਾਮਯਾਤੀ ਮਾਦਾ ਪਹਿਲੀ ਵਜ੍ਹਾ ਜਿਹੜੀ ਹੈਗੀ ਹੈ ਉਹ ਹੈਗੀ ਅਸਾਸੀ ਖਾਦਾਂ ਦਾ ਇਸਤੇਮਾਲ ਅਗਰ ਇਸਾ ਸਿੱਖਾ ਦਾ ਸੀ ਜ਼ਿਆਦਾ ਲਗਾਵਾਂਗੇ ਤੇ ਉਹਦੇ ਨਾਲ ਕੀ ਹੋਵੇਗਾ ਨਾਮਯਾਤੀ ਮਾਦੇ ਦੀ ਕਮੀ ਹੋ ਜਾਏਗੀ ਸਾਨੂੰ ਸਭ ਤੋਂ ਪਹਿਲੇ ਜ਼ਮੀਨ ਦਾ ਟੈਸਟ ਕਰਾਉਣਾ ਚਾਹੀਦਾ ਹੈ ਕਿ ਸਾਡਾ ਜ਼ਮੀਨ ਦਾ ਪੀਐਚ ਲੈਵਲ ਕਿੰਨਾ ਹੈ ਜਦੋਂ ਪੀਐਚ ਲੈਵਲ ਤੇ ਗੱਲ ਆਵੇਗੀ ਉਦੋਂ ਇਨਸ਼ਾਅੱਲਾ ਨਾਮਯਾਤੀ ਮਾਦੇ ਦੀ ਕਮੀ ਨੂੰ ਤੁਸੀਂ ਖੁਦ ਬਖੁਦ ਲੈਵਲ ਕਰ ਸਕੋ ਅਸਾਸੀ ਖਾਦਾਂ ਦਾ ਇਸਤੇਮਾਲ ਕੰਮ ਤੋਂ ਕੰਮ ਕੀਤਾ ਜਾਵੇ ਤਜ਼ਾਬੀ ਖਾਦਾਂ ਦੀ ਤਰਫ ਜਾਇਆ ਜਾਵੇ ਨੰਬਰ 2 ਕਿ ਨਾਰੀ ਪਾਣੀ ਦਾ ਇਸਤੇਮਾਲ ਕੰਮ ਹੋ ਗਿਆ ਨਾਰੀ ਪਾਣੀ ਦਾ ਇਸਤੇਮਾਲ ਜਦੋਂ ਕੰਮ ਹੋਵੇਗਾ ਟਿਊਬਵੈਲ ਦੇ ਪਾਣੀ ਜਿਹੜੇ ਨੇ ਉਹ ਜ਼ਿਆਦਾ ਅਸਾਸੀ ਨੇ ਲਿਆਜ਼ਾ ਉਹਨਾਂ ਦੀ وجہ ਤੋਂ ਨਾਮਯਾਤੀ ਮਾਦੇ ਦੀ ਕਮੀ ਜਿਹੜੀ ਹੈ ਨਾ ਹੋਣ ਸ਼ੁਰੂ ਹੋ ਜਾਏ ਇਹ ਦੋ ਮੇਨ ਪੁਆਇੰਟ ਤੀਸਰੀ ਵਜ੍ਹਾ ਹੁੰਦੀ ਹੈ ਕਿ ਜਨਾਬ ਬਾਰ-ਬਾਰ ਜਦੋਂ ਅਸੀਂ ਫਸਲ ਕਾਸ਼ਤ ਕਰਦੇ ਹਾਂ ਇਹ ਜਮੀਨ ਨੂੰ ਬਿਲਕੁਲ سانس ਨਾ ਲੈਣ ਦੇ ਨਾਲ ਦੀ وجہ ਤੋਂ ਯਾਨੀ ਕਿ ਵਕਫਾ ਨਹੀਂ ਮਿਲਦਾ ਉਹਨੂੰ ਵਕਫਾ ਨਾ ਮਿਲਣ ਦੀ وجہ ਤੋਂ ਜ਼ਮੀਨ بار بار ਪਾਣੀ ਜਿਹੜਾ ਹੈ ਨਾ ਉਹਦੇ ਅੰਦਰ ਗੁਜ਼ਰਦਾ ਹੈ ਔਰ ਉਹ ਅਸਾਸੀ ਹੋਣਾ ਸ਼ੁਰੂ ਹੋ ਜਾਂਦੀ ਹੈ ਵਜੂਹਾਂ ਇਹ ਮੇਨ ਤਿੰਨ ਵਜੂਹਾਂ ਐਸੀਆਂ ਨੇ ਕਿ ਜਿੰਦੇ ਵਿੱਚ ਅਸੀਂ ਨਮੀਤੀ ਮੱਧ ਦੀ ਵਾਕਿਆ ਹੀ ਕਮੀ ਕਰ ਬੈਨੇ ਫਿਰ ਕੁਝ ਫਸਲਾਂ ਵੀ ਇਸ ਤਰ੍ਹਾਂ ਦੀਆਂ ਨੇ ਜਿਹੜਾ ਆਕਸੀਜਨ ਨੂੰ ਠੀਕ ਠਾਕ ਆ ਜਾਂਦੀਆਂ ਨੇ ਠੀਕ ਹੈ ਜਿੰਦੇ ਵਿੱਚ ਤਲੀ ਹੈਗੀ ਆ ਜਵਾਰ ਇਸ ਤੋਂ ਇਲਾਵਾ ਦੋ ਫਸਲਾਂ مزید ਹੋਰ ਵੀ ਨੇ ਜਿੰਦੇ ਵਿੱਚ ਅਸੀਂ ਕਦੀ ਵੀ ਇhtiyat ਨਹੀਂ ਵਰਤੀ ਇਹ ਨਾਜ਼ਰੀਨਾਂ ਇਹਦੇ ਅੰਦਰ ਮੈਂ ਕਹਾਂਗਾ ਕਿ ਸاسی ਨਾਮਯਾਤੀ ਮਦਦ ਵੀ ਖੁਦ ਕਮੀ ਪੂਰੀ ਕਰ ਸਕਣਿਆ ਅਗਰ ਅਸੀਂ ਥੋੜੀ ਜੀ ਤਵੱਜੂ ਦੇਈਏ ਥੋੜਾ ਜਿਹਾ ਵਕਤ ਕਰੀਏ ਇਹਦੇ ਨਾਲ ਪੂਰਾ ਕਿਵੇਂ ਕਰਨਾ ਹੈ ਕਿਉਂਕਿ ਗੰਧਮ ਇਸ ਟਾਈਮ ਕਟਾਈ ਸ਼ੁਰੂ ਹੋਈ ਹੋਈ ਹੈ ਇਹ ਚਾਪਰ ਦੀ ਸਹੂਲਤ ਜਿਹੜੀ ਆਈ ਸੀ ਇਹ ਕਿਸ ਵਾਸਤੇ ਆਈ ਸੀ ਇਸ ਵਾਸਤੇ ਕਿ ਜ਼ਿਮੀਦਾਰ ਨੂੰ ਜਿੰਨੀ ਕੁ ਤੋੜੀ ਚਾਹੀਦੀ ਹੋਵੇਗੀ ਓਨੀ ਕੁ ਬਣਾਏਗਾ ਬਾਕੀ ਸਾਰੀ ਵਾਪਸ ਜ਼ਮੀਨ ਨੂੰ ਦੇ ਦੇਗਾ ਤੋੜੀ ਦੀ ਸ਼ਕਲ ਦੇ ਅੰਦਰ ਔਰ ਉਹ ਤੋੜੀ ਜਦੋਂ ਇਸਤੇਮਾਲ ਜ਼ਮੀਨ ਕਰੇਗੀ ਉਹਦੀ ਨਾਮਯਾਤੀ ਮਾਦੇ ਦੀ ਕਮੀ ਪੂਰੀ ਹੋ ਜਾਏਗੀ ਦੂਸਰੇ ਨੰਬਰ ਤੇ ਮਕਈ ਦੇ ਅੰਦਰ ਜਦੋਂ ਛੱਲੀ ਤੋੜਨ ਵਾਲੀ ਮਸ਼ੀਨ ਆਈ ਪੂਰਾ ਟਾਂਡਾ ਕੁੱਤਰ ਕੇ ਉਹ ਜ਼ਮੀਨ ਨੂੰ ਵਾਪਸ ਕਰਦੀ ਹੈ ਉਹ ਕਿਉਂ ਕਰਦੀ ਸੀ ਕਿ ਸਿਰਫ ਇਸ ਵਾਸਤੇ ਕਿ ਜਿੰਨੀ ਕੁ ਟਾਂਡ ਜ਼ਮੀਂਦਾਰ ਨੂੰ ਚਾਹੀਦੀ ਹੋਵੇਗੀ ਉਹ ਆਪਦੀ ਛੇ ਲੈਵੇ ਬਾਕੀ ਸਾਰਾ ਟਾਂਡਾ ਜ਼ਮੀਨ ਨੂੰ ਵਾਪਸ ਦੇ ਦਿੱਤਾ ਜਾਵੇ ਉਹਦੇ ਚ ਨਾਮਯਾਤੀ ਮਾਦੇ ਦੀ ਕਮੀ ਪੂਰੀ ਹੋ ਜਾਏਗੀ ਤੀਸਰੇ ਨੰਬਰ ਧਿਆਨ ਦੇ ਕੇ ਸਾਡੇ ਕੋਲ ਹਾਰਵੈਸਟਡਰ ਦਾ ਸਿਸਟਮ ਇਸ ਤਰ੍ਹਾਂ ਦਾ ਸ਼ੁਰੂ ਹੋ ਗਿਆ ਕਿ ਜਨਾਬ ਸਿਰਫ ਧਾਨ ਦੇ ਅੰਦਰ ਉਹ ਦਾਣੇ ਹੀ ਲੈਂਦੀ ਹੈ ਬਾਕੀ ਟੋਟਲ ਜਿੰਨਾ ਵੀ ਪੌਦਾ ਹੁੰਦਾ ਕੁੱਤਰ ਕੇ ਉਹ ਜ਼ਮੀਨ ਨੂੰ ਵਾਪਸ ਦੇ ਦਿੰਦੀ ਹੈ ਉਹਦੇ ਅੰਦਰ ਵੀ ਨਾਮਯਾਤੀ ਮਾਦੇ ਦੀ ਕਮੀ ਪੂਰੀ ਹੋ ਜਾਏਗੀ ਅਗਰ ਇਸ ਤਰੀਕੇ ਦੇ ਨਾਲ ਅਸੀਂ ਜ਼ਮੀਨਾਂ ਦੀ ਤਿਆਰੀ ਔਰ ਫਸਲਾਂ ਦੀ ਤਿਆਰੀ ਕਰਾਂਗੇ ਤੇ ਇਨਸ਼ਾਅੱਲਾ ਸਾਡੀ ਪੈਦਾਵਾਰ ਵੀ ਅੱਛੀ ਆਏਗੀ ਔਰ ਨਾਮ ਜਾਂ ਤਿਮਾਦ ਦੀ ਕਮੀ ਵੀ ਪੂਰੀ ਹੋ ਜਾਏਗੀ ਚੌਥੇ ਨੰਬਰ ਤੇ ਜਿਹੜਾ ਅਸੀਂ ਜ਼ਮੀਨ ਦੇ ਅੰਦਰ ਕਲਰ ਪਾਈਦਾ ਜਿਹਨੂੰ ਅਸੀਂ ਗੋਬਰ ਕਹਿੰਦੇ ਆ ਉਹ ਅਸੀਂ ਲੋਕ ਪਾਉਣਾ ਛੱਡ ਗਏ ਅਗਰ ਗੋਬਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤੇ ਨਾਮ ਜਾਂ ਤਿਮਾਦ ਦੀ ਕਮੀ ਨਹੀਂ ਹੋਵੇਗੀ ਲੇਕਿਨ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਜਿਹੜਾ ਨਾ ਉਹ ਬੇਖਬਰ ਹਾਂ अगर बाखबर होंगे तो एक कमी वाकया ना होंगी और सानू बार बार ज्यादा खादों का इस्तेमाल ना करना पोना तो नाजरीन कैसी लगी साड़ी वीडियो अगर तुम फायदा उठाना चाहते जे तो ये अमल करो इनशाला पूरा फायदा होगा असी नैक्सट वीडियो मिलेंगे असल वालेको